ਲਓ ਵੀ ਪੈ ਗਿਆ ਛਾਪਾ। ਕਮੇਟੀ ਵਾਲੇ ਆਏ ਬਾਜ਼ਾਰ 'ਚ ਛਾਪਾ ਮਾਰਨ, ਸਾਰਾ ਦੁਕਾਨਦਾਰਾਂ ਦਾ ਜਿਹੜਾ ਸਮਾਨ ਰੋਡ 'ਤੇ ਰੱਖਿਆ ਸੀ ਨਾ, ਲੈ ਕੇ ਟਰਾਲੀ 'ਤੇ ਭਰ ਕੇ ਦੇਖੋ। ਪੁਲਿਸ ਵਾਲੇ ਵੀ ਨਾਲ ਆ, ਅਤੇ ਜਿਨ੍ਹਾਂ ਦੇ ਕਈ ਦੁਕਾਨਦਾਰਾਂ ਨੂੰ ਵਾਰਨਿੰਗ ਦਿੱਤੀ ਹੈ ਕਿ ਤੁਸੀਂ ਸਮਾਨ ਅੰਦਰ ਰੱਖੋ, ਅਤੇ ਜਿਨ੍ਹਾਂ ਨੇ ਨਹੀਂ ਰੱਖਿਆ ਸੀ ਉਹਨਾਂ ਦਾ ਲੈ ਗਏ ਚੱਕ ਕੇ ਸਮਾਨ, ਜਿਨ੍ਹਾਂ ਨੇ ਜ਼ਿਆਦਾ ਰੋਡ ਮੱਲਿਆ ਸੀ। ਅਤੇ ਵੇਖੋ ਹੁਣ ਰੋਡ ਵੀ ਥੋੜ੍ਹਾ ਜਿਹਾ ਨਾ ਖਾਲੀ ਹੋ ਗਿਆ, ਅਤੇ ਹੁਣ ਇਹਨਾਂ ਨੇ ਬੇਗੋਵਾਲ ਕਮੇਟੀ ਵਾਲਿਆਂ ਨੇ ਕਿਹਾ ਕਿ ਅਸੀਂ ਨਾ ਲਾਈਨਾਂ ਮਾਰ ਦੇਣੀਆਂ ਬੇਗੋਵਾਲ ਮੇਨ ਬਾਜ਼ਾਰ ਵਿੱਚ, ਨਾ ਲਾਈਨਾਂ ਮਾਰ ਦੇਣੀਆਂ, ਪੀਲੀਆਂ ਲਾਈਨਾਂ ਮਾਰ ਦੇਣੀਆਂ ਜਿਹਦੇ ਅੰਦਰ ਕੋਈ ਸਮਾਨ ਨਹੀਂ ਰੱਖੇਗਾ। ਆਹ ਦੇਖੋ ਸਾਈਕਲਾਂ ਚੱਕ ਕੇ ਲੈ ਗਏ ਨੇ, ਇਹ ਸਾਈਕਲਾਂ ਸੱਤ ਬੱਚਾ ਜੀਵੀ ਦੇ ਨਾਲ ਦੁਕਾਨ ਜਿਹੜੀ ਸਾਈਕਲਾਂ ਦੀ ਉੱਥੇ ਰੱਖਿਆ ਸੀ, ਇਹ ਬਾਹਰ ਰੱਖੀਆਂ ਸੀ ਸਾਈਕਲਾਂ ਜੀ ਟੀ ਰੋਡ ਦੇ, ਲੈ ਗਏ ਚੱਕ ਕੇ। ਹੋਰ ਵੀ ਬਾਕੀ ਜੋ ਵੀ ਹੱਥ ਲੱਗਾ ਲੈ ਗਏ ਚੱਕ ਕੇ ਸਾਰਾ ਸਮਾਨ। ਅਤੇ ਅੱਗੋਂ ਹੁਣ ਇੱਕ ਜਿਹੜੇ ਬੇਗੋਵਾਲ ਪੰਜਾਬ ਪੁਲਿਸ ਵਾਲੇ ਨੇ, ਉਹਨਾਂ ਨੇ ਕਿਹਾ ਕਿ ਇੱਕ ਟ੍ਰੈਫਿਕ ਪੁਲਿਸ ਵਾਲਾ ਬਾਜ਼ਾਰ ਵਿੱਚ ਰਹੇਗਾ ਹੀ ਰਹੇਗਾ, ਜਿਹੜਾ ਵੀ ਕੋਈ ਨੋ ਪਾਰਕਿੰਗ ਵਿੱਚ ਗੱਡੀ ਲਾਉਂਦਾ ਉਹਦਾ ਚਲਾਨ ਕਰਨਗੇ। ਵੀ ਜਿੰਨੇ ਆਉਣਾ ਹੁਣ ਥੋੜ੍ਹਾ ਜਿਹਾ ਸੋਚ ਕੇ ਆਇਓ, ਠੀਕ ਹੈ, ਥੋੜ੍ਹਾ ਜਿਹਾ ਮਤਲਬ ਕਿ ਸਹੀ ਜਗ੍ਹਾ ਲਾ ਗਿਆ ਗੱਡੀਆਂ। ਕਾਫੀ ਦਿਨਾਂ ਬਾਅਦ ਛਾਪਾ ਮਾਰਿਆ, ਅਤੇ ਹੁਣ ਫਿਰ ਕਹਿ ਗਏ ਨੇ ਸ਼ਾਮੀ ਫਿਰ ਮਾਰਨਾ ਛਾਪਾ, ਅਤੇ ਥੋੜ੍ਹੇ ਦਿਨ ਲਗਾਤਾਰ ਇੱਦਾਂ ਹੀ ਚੱਲਣਾ ਕੰਮ। ਚਲੋ ਆਹ ਦੇਖੋ ਹੁਣ ਛਾਪਾ ਵੱਜ ਗਿਆ, ਅਤੇ ਹੁਣ ਰੋਡ ਇੱਕਦਮ ਖਾਲੀ ਹੋ ਗਿਆ। ਕਿੰਨਾ ਦੁਕਾਨਦਾਰਾਂ ਦਾ ਵੇਖੋ, ਦੁਕਾਨਦਾਰਾਂ ਦਾ ਸਮਾਨ ਅੰਦਰ ਰਖਾ ਤਾ ਉਹਨਾਂ ਨੇ, ਕਹਿ ਗਏ ਨਾਲੇ ਕਿ ਹੁਣ ਜੇ ਰੱਖਿਆ ਤਾਂ ਫਿਰ ਚੱਕ ਕੇ ਲੈ ਜਾਣਾ, ਪੂਰਾ ਹੀ ਚੱਕ ਕੇ ਲੈ ਜਾਣਾ। ਅੱਗੇ ਥੋੜ੍ਹਾ ਥੋੜ੍ਹਾ ਲੈ ਗਏ ਨੇ, ਬੋਰਡ ਬੋਰਡ ਲੈ ਗਏ ਨੇ ਜ਼ਿਆਦਾਤਰ ਨੂੰ। ਰੋਡ ਖਾਲੀ ਹੋ ਗਿਆ ਕਿੰਨਾ, ਦੇਖੋ ਤੁਸੀਂ ਆਪ ਹੀ। ਲਾਈਕ ਅਤੇ ਸ਼ੇਅਰ ਕਰਨਾ ਨਾ ਭੁੱਲਣਾ, ਆਪਣਾ ਪਿੰਡ ਬੇਗੋਵਾਲ।